ਇੱਥੇ ਇੱਥੇ ਬਹੁਤ ਨਿਸ਼ਾਨ ਹੈ ਜਿੱਦਾਂ ਬੰਦ ਕੀਤਾ ਸਾਡੇ ਜਿੱਦਾਂ ਕੋਈ ਲਾਹ ਨਹੀਂ ਹੁੰਦਾ ਥੋੜ੍ਹੀ ਕੋਸ਼ਿਸ਼ ਤਾਂ ਕਰਦਾ ਹੀ ਹੈ ਬਚਾਉਣ ਦੀ ਆਪਣੀ ਕੋਸ਼ਿਸ਼ ਕਰਦਾ ਆਵਾਜ਼ਾਂ ਨੌਕ ਕੀਤਾ ਬਹੁਤ ਦੇਰ ਅਸੀਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਫਿਰ ਪੜੋਸੀਆਂ ਦੇ ਘਰੋਂ ਚੜ੍ਹ ਕੇ ਆ ਕੇ ਦਰਵਾਜ਼ਾ ਖੋਲਿਆ ਤੇ ਅੰਦਰ ਦੇਖੇ ਇੱਕ ਵਜੇ ਆਏ ਸੀ ਮੈਂ ਹਾਂਜੀ ਲੋਕ ਬਾਅਦ ਚੋ ਜਦੋਂ ਅਸੀਂ ਥੋੜੀ ਦੇਰ ਬਾਅਦ ਦੇਖਿਆ ਧਿਆਨ ਨਾਲ ਤੇ ਉਹਨਾਂ ਨੇ ਜਿਹੜੇ ਪਾਏ ਹੋਏ ਸੀ ਉਹਨਾਂ ਮੈਨੂੰ ਹੈ ਨਹੀਂ ਸੀ ਇਕੱਲੇ ਸੀ ਹਾਂਜੀ ਨਹੀਂ ਨਹੀਂ ਇੱਕ ਦੋ ਦਿਨ ਹੈਗਾ ਨਹੀਂ ਤਾਂ ਜਾਂਦੇ ਬ੍ਰਦਰ ਵੱਲ ਸੌਂਦੇ ਰਾਤੀ ਉਹ ਲੈਣ ਵੀ ਆਇਆ ਤੇ ਨਹੀਂ ਕਿਹਾ ਕਹਿੰਦੇ ਨਹੀਂ ਮੈਂ ਅੱਜ ਇੱਥੇ ਹੀ ਸੋਣਾ ਹੈਗਾ 77 ਹੈਗੀ ਸੀ ਮੇਰਾ ਦੀਪਿਕਾ ਕਾਲੀ ਆ ਹਾਂਜੀ ਨਾਲ ਸਾਰਿਆਂ ਦੀਆਂ ਛੱਤਾਂ ਜੁੜੀਆਂ ਹੋਈਆਂ ਆਪਸ ਚ ਉੱਪਰੋਂ ਤੇ ਅੰਦਰੋਂ ਹੀ ਦਰਵਾਜ਼ਾ ਬੰਦ ਸੀ ਕੀ ਪਤਾ ਲੱਗਿਆ ਸਰ ਹੁਣ ਤੱਕ ਕਿਸ ਤਰੀਕੇ ਨਾਲ ਹੋਇਆ ਹੋਏਗਾ ਪਤਾ ਲੱਗਾ ਮੇਰੀ ਸਿਸਟਰ ਆਈ ਪਹਿਲਾਂ ਸਵੇਰੇ ਤੇ ਨਾਲ ਮੇਰਾ ਭਾਜਾ ਉਹ ਆਏ ਤੇ ਉਹਨਾਂ ਨੇ ਦੇਖਣ ਦੀ ਦਰਵਾਜ਼ੇ ਚੋਂ ਪਾਇਆ ਦਰਵਾਜ਼ਾ ਖੁੱਲ੍ਹਾ ਨਹੀਂ ਉਹਨਾਂ ਨੇ ਮੋੜੀ 'ਚੋਂ ਦੇਖਿਆ ਲੇਟੇ ਪਏ ਕਿਉਂ ਨਹੀਂ ਕੀ ਕਿਤੇ ਦੋਸਤਾਂ ਨਹੀਂ ਹੋਏ ਜਾਂ ਕੀ ਉਹਨਾਂ ਨੇ ਫਿਰ ਨਾਲ ਦੇ ਘਰ ਹੈਗਾ ਸਾਡਾ ਡਾਕਟਰ ਹੰਸਰਾਜ ਪਾਟੀਆ ਦਾ ਘਰ ਉੱਥੋਂ ਕੋਠੇ 'ਤੇ ਚੜ੍ਹ ਕੇ ਆ ਕੇ ਦੇਖੇ ਤਾਂ ਇੱਦਾਂ ਬਿਲਕੁਲ ਨਿਸ਼ਾਨ ਪਏ ਸੀ ਮੂਹਰੇ ਵਾਲੀ ਕੰਨੀ ਥੋੜ੍ਹੀ ਆਪਣੀ ਸੀ ਬੀਬੀ ਦੀ ਨਹੀਂ ਹੈ ਨਹੀਂ ਸੀਗੀ ਚੋਰੀ ਹੁੰਦੀ ਸੀ ਮਤਲਬ ਐਂ ਜਿੱਦਾਂ ਮਰਡਰੀ ਹੋਈ ਮਤਲਬ ਸਨੀਚਿੰਗ ਹੋਈ ਹੈ ਇਸ ਤਰੀਕੇ ਦਾ ਚੱਲ ਵੀ ਲੱਗਦਾ ਹੈ ਠੀਕ ਹੈ ਕਿੰਨੀ ਏਜ ਸੀ ਕੀ ਨਾਮ ਹੈ ਇਹਨਾਂ ਦੀ ਹੋਵੇ ਕੋਈ 35 ਸਾਲ 78 ਦੇ ਲੱਗੇ ਸੀਗੇ ਹਾਂਜੀ ਨਾਮ ਸ਼ੀਲਾ ਰਾਣੀ ਪ੍ਰਭਾਕਰ ਮੇਰੇ ਫਾਦਰ ਨੂੰ ਵੀ ਪਹਿਲਾਂ ਅੱਤਵਾਦੀਆਂ ਨੇ ਮਾਰਿਆ ਸੀਗਾ ਉਹ ਵੀ ਪੁਲਿਸ 'ਚ ਇੰਸਪੈਕਟਰ ਸੀਗੇ ਸ਼੍ਰੀ ਰੋਸ਼ਨ ਲਾਲ ਪ੍ਰਭਾਕਰ ਲੜਕੇ ਵੱਡਾ ਲੜਕਾ ਜਿਹੜਾ ਉਹ ਏ ਆਈ ਜੀ ਪੀ ਏ ਪੀ ਐਸ ਰੀਮ ਕੁਮਾਰ ਪ੍ਰਭਾਕਰ ਮੈਂ ਐਸ ਐਸ ਪੀ ਆਫਿਸ ਹੁਸ਼ਿਆਰਪੁਰ ਅਕਾਊਂਟੈਂਟ ਸਬ ਇੰਸਪੈਕਟਰ ਇਹ ਇਕੱਲੇ ਰਹਿ ਰਹੇ ਸੀ ਵੈਸੇ ਰਾਤ ਨੂੰ ਮੇਰੇ ਕੋਲ ਆ ਜਾਂਦੇ ਪਹਿਲਾਂ ਦੋ ਤਿੰਨ ਪਹਿਲਾਂ ਲਗਾਤਾਰ 15-20 ਦਿਨ ਮੇਰੇ ਕੋਲ ਆਉਂਦੇ ਰਹੇ ਆ ਕਦੀ ਮੇਰੇ ਕੋਲ ਰੁਕ ਜਾਂਦੇ ਸੀ ਅਤੇ ਸਵੇਰੇ ਸਵੇਰੇ ਆ ਜਾਂਦੇ ਹੁੰਦੇ ਕਹਿੰਦੇ ਮੇਰਾ ਦਿਲ ਨਹੀਂ ਲੱਗਦਾ ਇੱਥੇ ਅਤੇ ਸਵੇਰੇ ਮੈਨੂੰ ਆਪਣੇ ਘਰ ਜਾਂਦੇ ਅਗਰ ਰਾਤ ਨੂੰ ਮੈਂ ਤੇਰੇ ਕੋਲ ਆਰਾਮ ਨਾਲ ਸੌ ਜਾ ਕਰਾਂਗੇ ਅਤੇ ਪਰਸੋਂ ਚੌਥ ਕਹਿੰਦੇ ਵੀ ਹੁਣ ਮੈਂ ਮੈਨੂੰ ਜਾਣ ਦੇ ਤੂੰ ਮੈਂ ਫਿਰ ਸੋ ਰਾਤੀ ਆਇਆ ਵੀ ਹਾਂ ਸਪੈਸ਼ਲ ਆਇਆ ਮੈਂ ਚੱਲ ਅੱਜ ਗਰਮੀ ਬਹੁਤ ਏ ਸੀ ਲੱਗਾ ਹੁੰਦਾ ਅਤੇ ਸੌ ਜਾਂਦੇ ਆਰਾਮ ਨਾਲ ਕਹਿੰਦੇ ਮੈਨੂੰ ਨੀਂਦ ਬਹੁਤ ਵਧੀਆ ਆਉਂਦੀ ਅਤੇ ਗਏ ਹਾਂ ਅਤੇ ਕਹਿੰਦੇ ਨਹੀਂ ਅੱਜ ਰਹਿ ਨਹੀਂ ਹੁਣ ਮੌਸਮ ਬਦਲ ਗਿਆ ਠੀਕ ਹੈ ਮੈਂ ਨੀਂਦ ਆ ਜਾਣੀ ਹੁਣ ਬਸ ਉਹੀ ਗੱਲ ਹਾਂ ਜੱਦੀ ਘਰ ਇਹੀ ਹੈ ਮੈਂ ਵੈਸੇ ਪਰਲੇ ਪਾਸੇ ਰਹਿਣਾ ਹਾਂ ਪਰਿਵਾਰ ਇੱਥੇ ਹੀ ਹੈ ਮਤਲਬ ਇੱਥੇ ਕੋਈ ਨਹੀਂ ਇੱਥੇ ਇਕੱਲੇ ਮਾਤਾ ਜੀ ਰਹਿੰਦੇ ਸੀ ਹਾਂ ਫੈਮਿਲੀ ਵੀ ਇੱਥੇ ਬ੍ਰਦਰ ਵੀ ਇੱਥੇ ਰਹਿੰਦਾ ਸਿਸਟਰ ਵੀ ਇੱਥੇ ਰਹਿੰਦੇ ਸਾਰੇ ਇੱਥੇ ਰਹਿੰਦੇ ਸਮਾਨ ਅਸੀਂ ਹੁਣ ਅੰਦਰ ਹਜੇ ਤੱਕ ਤਾਂ ਗਏ ਨਹੀਂ ਜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੋ ਪੁਲਿਸ ਕਰੇਗੀ ਉਹ ਸਹੀ ਕਰੇਗੀ ਸਾਨੂੰ ਫੋਨ 'ਤੇ ਪਤਾ ਲੱਗਾ ਜੀ ਸਿਸਟਰ ਦਾ ਫੋਨ ਆਇਆ ਸੀ ਸਿਸਟਰ ਅਤੇ ਭਾਂਜੇ ਮੇਰੇ ਉਹ ਵੀ ਇੱਥੇ ਦੁਬਈ ਰਹਿੰਦੇ ਉਹ ਪਤਾ ਲੈਣ ਆਇਆ ਸੀ ਵੀ ਚਲੋ ਮਦਰ ਨੂੰ ਮਿਲ ਗਈ ਵੈਸੇ ਕਿਉਂਕਿ ਸਾਨੂੰ ਪਤਾ ਸੀ ਢਿੱਲੇ ਰਹਿੰਦੇ ਨੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਕੋਈ ਨਾ ਕਦੀ ਉਹ ਆ ਗਏ ਕਦੀ ਵੱਡਾ ਭਰਾ ਆ ਗਿਆ ਮੈਂ ਤਾਂ ਤਕਰੀਬਨ ਗੇੜਾ ਮਾਰਦਾ ਹੀ ਸੀ ਮੇਨ ਗੇਟ ਬੰਦ ਸੀ ਹਾਂ ਉੱਤੇ ਪਿੱਛੋਂ ਵੀ ਖੁੱਲ੍ਹਾ ਰਾਹ ਕਨੈਕਟਡ ਹੈਗੇ ਆ ਗਲੀ ਸੰਘਣੀ ਗਲੀ ਹੈਗੀ ਸਾਨੂੰ ਕੁਛ ਥੋੜ੍ਹਾ ਟਾਈਮ ਪਹਿਲਾਂ ਹੀ ਅੱਜ ਜਿਹੜਾ ਇਨਫੋਰਮੇਸ਼ਨ ਆਈ ਵੀ ਇੱਦਾਂ ਕਰਕੇ ਦਕੋਏ ਇੱਕ ਲੇਡੀ ਔਰਤ ਜਿਹੜੀ ਆ ਉਹਦਾ ਘਰ ਦੇ ਵਿੱਚ ਜਿਹੜਾ ਆ ਇਨਫੋਰਮੇਸ਼ਨ ਮਿਲੀ ਵੀ ਮਰਡਰ ਹੋਇਆ ਮੌਕੇ ਦੇ ਉੱਤੇ ਆਏ ਹਾਂ ਦੇਖਿਆ ਇਹਦੇ ਬੇਟਾ ਜਿਹੜਾ ਆ ਉਹਨੇ ਦੱਸਿਆ ਵੀ ਰਾਤ ਇਕੱਲੇ ਹੀ ਸਾਡੇ ਬਜ਼ੁਰਗ ਮਾਤਾ ਜੀ ਸੀਗੇ ਇੱਥੇ ਕੋਈ ਕਰੀਬ ਇਹਨਾਂ ਦੀ ਉਮਰ 80 ਕੁ ਦੇ ਲੱਗੇ ਆ ਔਰ ਉਹ ਜਦੋਂ ਹੁਣ ਆ ਕੇ ਬੋਡੀ ਦੇਖੀ ਆ ਉਹਦੇ ਜਿਹੜੀ ਇੱਕ ਬਾਂਹ ਦੇ ਉੱਤੇ ਨਿਸ਼ਾਨ ਪਿਆ ਹੋਇਆ ਉਹ ਜਿਹੜੀ ਇਹਨਾਂ ਨੇ ਕੋਈ ਦੱਸ ਰਹੇ ਨੇ ਵੰਗ ਉਤਾਰੀ ਆ ਬਾਕੀ ਹੁਣ ਸਾਰਾ ਪੋਸਟਮਾਰਟਮ ਤੋਂ ਅਤੇ ਪਤਾ ਲੱਗੂਗਾ ਵੀ ਮੌਤ ਦਾ ਕਾਰਨ ਕੀ ਆ ਅਤੇ ਇਹ ਕਦੋਂ ਦਾ ਹੋਇਆ ਰਾਤ ਦਾ ਇਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਇਹਨਾਂ ਦੀ ਤਾਂ ਦੁਪਹਿਰੇ ਬੇਟੀ ਆਈ 1 ਵਜੇ ਇਹ ਕੱਲ੍ਹ ਸ਼ਾਮੀ ਆਪਣੇ ਬੇਟੇ ਦੇ ਘਰੋਂ ਆਏ ਸੀ ਇੱਥੇ ਅਤੇ ਅੱਜ ਦੁਪਹਿਰੇ ਇਹਨਾਂ ਦੀ 1 ਵਜੇ ਇਹਨਾਂ ਦੀ ਬੇਟੀ ਜਿਹੜੀ ਉਹ ਜਦੋਂ ਘਰ ਆਈ ਤਾਂ ਉਹਨੇ ਦੇਖਿਆ ਅੰਦਰੋਂ ਕੋਈ ਦਰਵਾਜ਼ਾ ਨਹੀਂ ਖੋਲ ਰਿਹਾ ਤਾਂ ਉਹ ਗੁਆਂਢੀਆਂ ਦੇ ਘਰ ਵਾਲੇ ਪਾਸੇ ਦੀ ਹੋ ਕੇ ਅੰਦਰ ਗਏ ਆ
ਜਿਨ੍ਹਾਂ ਨੇ ਫਿਰ ਆਪਣੇ ਬਾਕੀ ਦੇ ਪੇਰੈਂਟਸ ਨੂੰ ਦੱਸਿਆ, ਫਿਰ ਉਹਨਾਂ ਤੋਂ ਗਾਂ ਸਾਨੂੰ ਇਨਫੋਰਮੇਸ਼ਨ ਮਿਲੀ। ਹਾਂ, ਇਹਨਾਂ ਦਾ ਬੇਟਾ ਜਿਹੜਾ ਉਹ ਇੱਕ AIG ਨੇ ਇੱਥੇ PAP ਦੇ ਵਿੱਚ, ਸ਼ਰੀਨ ਕੁਮਾਰ, ਔਰ ਉਹ ਮੌਕੇ ਦੇ ਉੱਤੇ ਉਹਨਾਂ ਦੱਸਿਆ ਵੀ ਮਾਤਾ ਜੀ ਜ਼ਿਆਦਾਤਰ ਸਾਡੇ ਕੋਲ ਰਹਿੰਦੇ ਆ, ਪਰ ਜਿਹੜੇ ਕੱਲ੍ਹ ਦੇ ਇੱਥੇ ਆਏ ਹੋਏ ਸੀ, ਇਕੱਲੇ ਸੀ ਰਾਤ। ਦੇਖੋ ਹੁਣ ਤੱਕ ਤਾਂ ਜੋ ਉਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਵੀ ਇਹਨਾਂ ਦੀ ਵੰਗ ਉਤਾਰੀ ਆ, ਔਰ ਇਹਨਾਂ ਦੇ ਜਿਹੜੇ ਆ ਇੱਕ ਇਹਨਾਂ ਦੀ ਮੁੰਦਰੀ ਸੀਗੀ ਉਹ ਹੈ ਨਹੀਂ, ਦੋ ਚੀਜ਼ਾਂ ਦੱਸ ਰਹੇ, ਬਾਕੀ ਹੋਰ ਕੁਛ ਨਹੀਂ ਘਰੋਂ ਕੋਈ ਇਹੋ ਜਿਹੀ ਚੀਜ਼ ਨਹੀਂ ਗਈ ਕਹਿੰਦੇ, ਦੋ ਚੀਜ਼ਾਂ ਨੂੰ ਹੁਣ ਇਸ ਕਰਕੇ ਵੀ ਹੁਣ ਕੀ ਇਹਨੂੰ ਇਹਨਾਂ ਨੂੰ ਮਾਰਿਆ ਗਿਆ ਸਾਰਾ ਕੁਝ, ਜਿਹੜੀ ਚੀਜ਼ ਆ ਹੁਣ ਪੋਸਟਮਾਰਟਮ ਤੋਂ ਪਤਾ ਲੱਗੂ, ਇਹ ਸਾਰੀਆਂ ਚੀਜ਼ਾਂ ਅਸੀਂ ਚੈੱਕ ਕਰ ਰਹੇ ਹਾਂ, CCTV ਫੁਟੇਜ ਜਾਂ ਹੋਰ ਚੀਜ਼। ਦਰਵਾਜ਼ਾ ਬੰਦ ਸੀਗਾ, ਅੰਦਰੋਂ ਦਰਵਾਜ਼ਾ, ਮੇਨ ਗੇਟ ਦਰਵਾਜ਼ਾ ਬੰਦ ਸੀ, ਇਹ ਸਾਰਾ ਪੋਸਟਮਾਰਟਮ ਪਤਾ ਲੱਗੂਗਾ ਵੀ ਕੀ ਕਾਰਨ ਆ, ਮੌਤ ਦਾ ਕਾਰਨ ਕੀ ਆ, ਮਰਡਰ ਆ ਜਾਂ ਕੀ ਚੀਜ਼ ਆ, ਇਹ ਬਾਅਦ ਦੇ ਵਿੱਚ। ਅਜੇ ਤੱਕ ਜੋ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਇਹ ਕਹਿ ਰਹੇ ਸਾਡੀ, ਇਹਦਾ ਕਰਕੇ ਮਾਤਾ ਜੀ ਨੂੰ ਜਿਹੜਾ ਮਾਰ ਕੇ ਸਾਡਾ ਉਹ ਉਹਨਾਂ ਦੀ ਵੰਗ ਉਤਾਰ ਕੇ ਲੈ ਗਿਆ। ਨਹੀਂ ਹੁਣ ਇਹਦੇ ਬਾਰੇ ਮੈਂ ਨਹੀਂ ਦੱਸ ਰਿਹਾ, ਡਾਕਟਰ ਸਾਹਿਬ ਦੱਸਣਗੇ, ਉਹ ਇਹ ਦੱਸਣਗੇ ਵੀ ਕੀ ਕਾਰਨ ਆ ਮੌਤ ਦਾ। ਅਜੇ ਤੱਕ ਕੋਈ ਨਿਸ਼ਾਨ ਨਹੀਂ ਕੋਈ ਵੀ ਬੋਡੀ 'ਤੇ ਇੱਦਾਂ ਦਾ, ਜਿਹੜਾ ਅੱਖ ਦੇ ਲਾਗੇ ਨਿਸ਼ਾਨ ਹੈ ਇੱਕ, ਉਹ ਕਾਫੀ ਏਜ ਹੋਣ ਕਰਕੇ ਜਿਹੜਾ ਨਿਸ਼ਾਨ ਬਲੈਕ ਸੀ ਪਹਿਲਾਂ ਵੀ ਸੀਗੇ, ਬਾਕੀ ਪੋਸਟਮਾਰਟਮ ਤੋਂ ਸਾਰਾ ਪਤਾ ਲੱਗੂਗਾ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।